ਤਬਿਲ ਚੰਦ ਆਗਾਜ਼ ਇਸ ਵਲ ਦੀ ਇੱਕ ਅਹਿਮ ਖਬਰ ਤੁਹਾਨੂੰ ਦਨਾਲ ਕਰਦੇ ਆਂ ਪੰਜਾਬ ਦੀਆਂ ਵਕਫ ਵਕ ਚਰਚਾ ਵਿੱਚ ਇਸ ਵੇਲੇ ਇਨਕਮ ਟੈਕਸੀ ਰੇਡ ਪਈ ਹੈ ਦੱਸ ਦੇ ਕਿ ਜਲੰਧਰ ਦੇ ਪਿੰਡ ਤਾਜਪੁਰ ਕਪੂਰਥਲਾ ਦੇ ਪਿੰਡ ਖੋਜੇਵਾਲਾ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਇੱਥੇ ਤਮਾਮ ਰਿਕਾਰਡ ਖੰਗਾਲੇ ਜਾ ਰਹੇ ਨੇ ਸੋ ਪੰਜਾਬ ਦੀਆਂ ਵਕਫ ਵਕ ਚਰਚਾ ਤੇ ਇਨਕਮ ਟੈਕਸ ਦੀ ਇਹ ਜੋ ਰੇਡ ਪਈ ਹੈ ਦੱਸ ਦੇ ਕਿ ਜਲੰਧਰ ਦੇ ਪਿੰਡ ਤਾਜਪੁਰ ਕਪੂਰਥਲਾ ਦੇ ਪਿੰਡ ਖੋਜੇਵਾਲਾ ਦੇ ਵਿੱਚ ਇਹ ਛਾਪੇਮਾਰੀ ਹੋਈ ਹੈ ਸਵੇਰੇ 6 ਵਜੇ ਤੋਂ ਰੇਡ ਜਾਰੀ ਹੈ ਇਨਕਮ ਟੈਕਸ ਵਿਭਾਗ ਵੱਲੋਂ ਦੀਆਂ ਟੀਮਾਂ ਵੱਲੋਂ ਇੱਥੇ तमाम ਰਿਕਾਰਡ ਖੰਗਾਲੇ ਜਾ ਰਹੇ ਨੇ 모ਹਾਲੀ ਅਤੇ ਅੰਮ੍ਰਿਤਸਰ ਵਿੱਚ ਵੀ ਛਾਪੇ ਮਾਰੀ ਜਾ ਰਹੀ ਹੈ। ਚੰਡੀਗੜ੍ਹ ਨੇੜੇ ਮੁੱਲਾਪੁਰ ਦੇ ਵਿੱਚ ਵੀ ਪਾਸਟਰ ਬਜਿੰਦਰ ਸਿੰਘ ਦੇ ਘਰ ਤੇ ਇਨਕਮ ਟੈਕਸ ਦੀ ਰੇਡ ਪਈ ਹੈ। ਜਿਵੇਂ ਵੱਖ-ਵੱਖ ਥਾਵਾਂ ਤੇ ਟੀਮਾਂ ਜੜੀਆਂ ਪਹੁੰਚੀਆਂ ਨੇ ਇੱਥੇ तमाम ਦਸਤਾਵੇਜ਼ ਖੰਗਾਲੇ ਜਾ ਰਹੇ ਨੇ। ਸੋ ਦੱਸ ਦੇ ਕੇ ਪਾ ਵੀ ਉਹ ਜਲੰਧਰ ਹੋਵੇ ਅੰਮ੍ਰਿਤਸਰ ਚੰਡੀਗੜ੍ਹ ਦੇ ਵਿੱਚ ਵੀ ਕਈ ਥਾਵਾਂ ਤੇ ਇਸੇ ਤਰ੍ਹਾਂ ਦੇ ਨਾਲ ਰੇਡ ਪਈ ਹੈ। ਚੰਡੀਗੜ੍ਹ ਨੇੜੇ ਮੁੱਲਾਪੁਰ ਦੇ ਵਿੱਚ ਵੀ ਪਾਸਟਰ ਬਜਿੰਦਰ ਸਿੰਘ ਦੇ ਘਰ ਤੇ ਇਨਕਮ ਟੈਕਸ ਦੀ ਰੇਟ ਪਈ ਹੈ ਇਹ ਪਿੰਡ ਤਾਜਪੁਰ ਦੀ ਤਸਵੀਰ ਹੈ ਜਲੰਧਰ ਤੋਂ ਜਿੱਤੇ ਕਿ ਟੀਮਾਂ ਪਹੁੰਚੀਆਂ ਨੇ ਇਨਕਮ ਟੈਕਸ ਦੀਆਂ ਤੇ ਇੱਥੇ ਸਵੇਰੇ 6 ਵਜੇ ਤੋਂ ਇਹ ਕਵਾਇਦ ਵਕਫ ਵਕਫ ਥਾਵਾਤੇ ਜਾ ਰਹੀ ਹੈ ਸੋ ਕੀ ਕੁਝ ਪਤਰਸ ਤੋਂ ਇਸ ਵੇਲੇ ਦੀ ਅਪਡੇਟ ਲੈਨੇ ਆ ਪਤਰਸ ਜਿਸ ਤਰ੍ਹਾਂ ਦੇ ਨਾਲ ਵਕਫ ਵਕਫ ਥਾਵਾ ਤੇ ਇਨਕਮ ਟੈਕਸ ਦੀ ਇਹ ਰੇਟ ਪਈ ਹੈ ਕੀ ਕੁਝ ਇਸ ਵੇਲੇ ਦੀ ਜਾਣਕਾਰੀ ਔਰ ਅਪਡੇਟ ਹੈ ਇਸ ਪੂਰੇ ਮਾਮਲੇ 'ਤੇ ਅ ਦੇਖੋ ਰਹਾ ਦਾ ਸਵੇਰ ਤੋਂ ਲਗਾਤਾਰ ਤਸਵੀਰਾਂ ਸੀ ਵਿਖਾਰੇ ਆ ਪਹਿਲਾਂ ਜਲੰਧਰ ਦੇ ਪਿੰਡ ਤਾਜਪੁਰ ਦੀ ਤਸਵੀਰ ਵਿਖਾਈ ਸੀ ਜਿੱਥੇ ਪਾਸਟਰ ਵਰਜਿੰਦਰ ਸਿੰਘ ਹੋਰ ਦਾ ਚਰਚ ਹੈ ਉੱਥੇ ਟੀਮਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੇ ਜਾ ਰਹੀ ਹੈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਇਸ ਵਕਤ ਮੈਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੀਵਾਲਾ ਦੇ ਵਿੱਚ ਖੜਾ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਪਾਸਟਰ ਹਰਪ੍ਰੀਤ ਸਿੰਘ ਦਿਓਲ ਹੋਰ ਦਾ ਘਰ ਹੈ ਔਰ ਇਸ ਘਰ ਦੇ ਵਿੱਚ ਵੀ ਇਨਕਮ ਟੈਕਸ ਦੀਆਂ ਟੀਮਾਂ ਮੌਜੂਦ ਨੇ ਔਰ ਹਰ ਜਗ੍ਹਾ ਤੇ ਜਿੱਥੇ ਜਿੱਥੇ ਵੀ ਰੇਡ ਹੋ ਰਹੀ ਹੈ ਪੈਰਾਮਿਲਟਰੀ ਫੋਰਸਸ ਦਾ ਨਾਦ ਕੀਤੀਆਂ ਗਈਆਂ ਨੇ ਹੰਚੀਆਂ ਨੇ ਔਰ ਸਾਰੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇੱਥੋਂ ਇਸ ਘਰ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਚਰਚ ਹੈ ਚਰਚ ਦੇ ਵਿੱਚ ਵੀ ਸਾਰੀਆਂ ਟੀਮਾਂ ਮੌਜੂਦ ਹੈਗੀਆਂ ਨੇ ਵਕ ਵਕ ਥਾਂ ਚਾਹੇ ਉਹ ਚਰਚ ਹੈ ਕਿ ਜਾਂ ਚਾਹੇ ਉਹ ਰੈਜ਼ਿਡੈਂਸ ਹੈ ਕਿ ਪਾਸਟਰਸ ਦੇ ਵਕ ਵਕ ਥਾਂ ਮਦ ਉੱਤੇ ਜਾ ਕੇ ਜਿਹੜੀਆਂ ਟੀਮਸ ਨੇ ਉਹ ਸਾਰੇ ਦਸਤਾਵੇਜ਼ ਖੰਗਾਲੀਆਂ ਨੇ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਸਵੇਰ ਤੋਂ ਲਗਭਗ ਇਸ ਜਗ੍ਹਾ 'ਤੇ 7 ਵਜੇ ਤੋਂ ਜਿਹੜੀਆਂ ਜੋ ਜਾਣਕਾਰੀ ਮਿਲਦੀ ਹੈ ਕਿ ਟੀਮਾਂ ਪਹੁੰਚੀਆਂ ਨੇ ਔਰ ਵਕ ਵਕ ਦਸਤਾਵੇਜ਼ ਵਕ ਵਕ ਜਿਹੜੇ ਕਾਗਜ਼ਾਤ ਹੈਗੇ ਆ ਉਹ ਸੰ ਖੰਗਾਲੇ ਜਾ ਰਹੇ ਨੇ ਕਿ ਜਿਹੜੇ ਫੰਡਸ ਆ ਰਹੇ ਨੇ ਜਾਂ ਫਿਰ ਜਿਹੜੇ ਫੰਡਸ ਦੀ ਜਿਹੜੀ ਵਰਤੋਂ ਹੋ ਰਹੀ ਹੈ ਉਹ ਕਿਸ ਤਰੀਕੇ ਨਾਲ ਹੋ ਰਹੀ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਕੋਈ ਖਲਾਸਾ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਕਿਸੇ ਵੱਲ ਕੋ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਬਾਦ ਵਿੱਚ ਜਦੋਂ ਜਾਣਕਾਰੀਆਂ ਸਾਧੀਆਂ ਕੀਤੀਆਂ ਜਾਣਗੀਆਂ ਇਹ ਰੇਡ ਖਤਮ ਹੋਣ ਤੋਂ ਬਾਅਦ ਜਾਂ ਇੱਕ ਮੀਡੀਆ ਨੂੰ ਬਰੀਫ ਕੀਤਾ ਜਾਏਗਾ ਪ੍ਰੈਸ ਨੋਟ ਤੇ ਜਾਣੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਹੋ ਪਉਣਗੀਆਂ ਪਰ ਤੁਸੀਂ ਵੇਖ ਸਕਦੇ ਹੋ ਸਾਹਮਣੇ ਕੈਮਰੇ ਦੀ ਅੱਖ ਦੇ ਰਾਹੀਂ ਵੀ ਅਸੀਂ ਦਿਖਾ ਰਹੇ ਹਾਂ ਕਿ ਪੂਰੀਆਂ ਵੱਡੀ ਮਾਤਰਾ ਦੇ ਵਿੱਚ ਲਾਮ ਲਸ਼ਕਰ ਲੈ ਕੇ ਇਨਕੋ ਟੈਕਸਨੇਟੀ ਮਾਂ ਪਹੁੰਚੇ ਨਹੀਂ ਪੈਰਾਮਿਲਟਰੀ ਫੋਰਸ ਜਿਹੜੀਆਂ ਨੇ ਉਹ ਜਿੱਥੇ-ਜਿੱਥੇ ਵੀ ਟਿਕਾਣੇ ਹੈਗੇ ਨੇ ਚਾਹੇ ਉਹ ਚਰਚਸ ਨੇ ਚਾਹੇ ਉਹ ਰਹਿਸ਼ੀ ਇਲਾਕੇ ਹੈਗੇ ਨੇ ਪੂਰਾ ਘੇਰਾਬੰਦੀ ਕਰਕੇ ਔਰ ਹਰ ਤਰ੍ਹਾਂ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਦਸਤਾਵੇਜ਼ ਜਿਹੜੇ ਆ ਉਹ ਚੈੱਕ ਕੀਤੇ ਜਾ ਰਹੇ ਨੇ ਕੁਝ ਲੋਕਾਂ ਦੇ ਨਾਲ ਗੱਲਬਾਤ ਹੋਈ ਸੀ ਕੁਝ ਚਰਚਾ ਦੀਆਂ ਪ੍ਰਬੰਧਕੀ ਟੀਮਾਂ ਦੇ ਨਾਲ ਤਾਂ ਉਹ ਆਖਰ ਨੇ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਕਰਿਆ ਸਾਰੇ ਦਸਤਾਵੇਜ਼ ਦੇ ਰਹੇ ਆ ਔਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇ ਸੀਗਾ ਪਰ ਹਾਲ ਦੀ ਘੜੀ ਸਵੇਰੇ ਕਿ ਕਈਆਂ ਥਾਵਾਂ ਤੇ 6 ਵਜੇ ਪਹੁੰਚੀਆਂ ਟੀਮਾਂ ਕਿਸੇ ਜਗ੍ਹਾ ਤੇ 7 ਵਜੇ ਪਹੁੰਚੀਆਂ ਨੇ ਤਸਵੀਰ ਤੋਂ ਲਗਾਤਾਰ ਜਿਹੜੀਆਂ ਇਨਵੈਸਟੀਗੇਸ਼ਨ ਹੈ ਜਿਹੜੀਆਂ ਇਨਕਮ ਟੈਕਸ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਆਪਣੇ ਆਪ ਦੇ ਵਿੱਚ ਬਹੁਤ ਅਹਿਮੇ ਕਾਰਵਾਈ ਹੁੰਦੀ ਜਿਸ ਤਰ੍ਹਾਂ ਕਈ ਪਾਸਸ ਜਿਹੜੇ ਨੇ ਉਹਨਾਂ ਦੀ ਰਿਹائش ਤੇ ਚੰ पहुंची उत्ती जा रही है अजय विचकार कोई जानकारी अंदर थे तौर थे, कोई सूत्रों तो मिल रही है कि आखिर ये कवायद क्यों सब चल रही है आ, देखो आ... ਪਿਛਲੇ ਕੁਝ ਸਮੇਂ ਤੋਂ ਕਈ ਤਰ੍ਹਾਂ ਦੇ ਜਿਹੜੇ ਐਲੀਗੇਸ਼ਨਸ ਲੱਗ ਰਹੇ ਸਨ ਕਿ ਚਾਹੇ ਉਹ ਧਰਮ ਪਰਵਰਤਨ ਨੂੰ ਲੈ ਕੇ ਜਾਂ ਵੱਖ-ਵੱਖ ਤਰ੍ਹਾਂ ਦੇ ਕਿ ਕੁਝ ਫੰਡਸ ਆ ਰਹੇ ਨੇ ਉਹ ਸਾਰੇ ਫੰਡਾਂ ਨੂੰ ਲੈ ਕੇ ਹੀ ਇਹ ਜੋ ਇਨੀਸ਼ੀਅਲੀ ਜੋ ਲੱਗਦਾ ਹੈ ਜੋ ਸੰਭਾਵਨਾ ਹੈ ਕਿ ਉਹਨਾਂ ਫੰਡਾਂ ਦੀ ਜਿਹੜੀ ਆਮਦ ਹੈ ਜਾਂ ਉਹਨਾਂ ਫੰਡਾਂ ਦੀ ਵਰਤੋਂ ਨੂੰ ਲੈ ਕੇ ਇਹ ਜਿਹੜੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਪਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਹਾਲੇ ਜਿਹੜੀਆਂ ਸਾਰੀਆਂ ਚੀਜ਼ ਨਹੀਂ ਹਾਲੇ ਅਸੀਂ ਕੈਸਰਾਈਆਂ ਲਗਾ ਰਹੇ ਹਾਂ ਪਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਹੜੀ ਇਨਪੁੱਟ ਸਗੀ ਇਨਕਮ ਟੈਕਸ ਦੇ ਕੋਲੇ ਉਹ ਜਦੋਂ ਸਾਰੇ ਖੁਲਾਸੇ ਹੋਣਗੇ ਜਦੋਂ ਤਾਂ ਉਹ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਪਰ ਹਾਲ ਦੀ ਘੜੀ ਜਿਸ ਤਰੀਕੇ ਦੇ ਨਾਲ ਰੇਡਸ ਚੱਲ ਰਹੀਆਂ ਨੇ ਵਕਫਾ ਖਾਮਾ ਦੇ ਉੱਤੇ ਉਹ ਇੱਕ ਬੜੀ ਵੱਡੀ ਅਸੀਂ ਇਸ ਨੂੰ ਐਕਸ਼ਨ ਕਹਿ ਸਕਦੇ ਹਾਂ ਬੜਾ ਵੱਡਾ ਇੱਕ ਇਸ ਨੂੰ ਕਾਰਵਾਈ ਕਹਿ ਸਕਦੇ ਹਾਂ ਇਨਕਮ ਟੈਕਸ ਦੀ ਕਿ ਵਕਫਾ ਖਾਮਾ ਦੇ ਪੰਜਾਬ ਦੀਆਂ ਜਿਹੜੀਆਂ ਪ੍ਰੋਮੀਨੈਂਟ ਚਰਚਸ ਹੈਗੀਆਂ ਨੇ ਜਿਹੜੇ ਚਰਚਿਤ ਜਿਹੜੀਆਂ ਚਰਚਾਂ ਨੇ ਜਾਂ ਜਿਹੜੇ ਚਰਚਿਤ ਪਾਸਟਰਸ ਹੈਗੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਾਂ ਉਹਨਾਂ ਦੇ ਚਰਚਾਂ ਦੇ ਉੱਤੇ ਜਾ ਕੇ ਇਸ ਤਰੀਕੇ ਨਾਲ ਰੇਡਸ ਕੰਡਕਟ ਕੀਤੀਆਂ ਜਾ ਰਹੀਆਂ ਨੇ ਸਵੇਰ ਤੋਂ ਲਗਾਤਾਰ ਜਾਂਚ ਪੜਤਾਲ ਕੀਤੀ ਏਰੀਆ ਸਾਰੇ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਜੀ ਬਿਲਕੁਲ ਆਉਂਦਾ ਇਸ ਦੇ ਇੰਤਜ਼ਾਰ ਯਕੀਨਨ ਕਰਨਾ ਪਏਗਾ ਲੇਕਿਨ ਜਿਸ ਨਾਲ ਤੁਸੀਂ ਜੋ ਜਾਣਕਾਰੀ ਦੇ ਰਹੇ ਹੋ ਕਿ ਇਹ ਮਾਮਲਾ ਉਸ ਨਾਲ ਜੁੜਿਆ ਹੋ ਸਕਦਾ ਹੈ ਕਿਉਂਕਿ ਕਈ ਵਾਰ ਫੰਡ ਜਿਹੜੇ ਆਉਂਦੇ ਨੇ ਇਸ ਦੇ ਬਾਰੇ ਕਈ ਆਗੂ ਜਿਹੜੇ ਨੇ ਖਾਸ ਤੌਰ ਤੇ ਭਾਜਪਾ ਦੇ ਉਹ ਖੁੱਲਕੇ ਬੋਲ ਵੀ ਚੁੱਕੇ ਨੇ ਪਤਰਸ ਬਿਲਕੁਲ ਦੇਖੋ ਰਹਾ ਤਾਂ ਕਿ ਮੈਂ ਆਖਿਆ ਕਿ ਜਿਵੇਂ ਇਹ ਵੱਡੇ ਚਰਚ ਹੈਗੇ ਨੇ ਚਾਹੇ ਐਤਵਾਰ ਨੂੰ ਚਰਚਸ ਲੱਗੇ ਨੇ ਚਾਹੇ ਵੀਰਵਾਰ ਨੂੰ ਕਿਉਂਕਿ ਦੋ ਪ੍ਰਮੁੱਖ ਦਿਨ ਹੁੰਦੇ ਨੇ ਜਦੋਂ ਚਰਚਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਔਰ ਇਹਨਾਂ ਦੋਵਾਂ ਦਿਨਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੁੰਦੇ ਨੇ ਚਾਹੇ ਇਸੇ ਪਿੰਡ ਦੀ ਗੱਲ ਹੋਵੇ ਚਾਹੇ ਤਾਜਪੁਰ ਦੀ ਜਾਂ ਵਕਫਾ ਖਤਮਾ ਦੇ ਜਿਹੜੇ ਪ੍ਰੋਮੀਨੈਂਟ ਚਰਚਸ ਹੈਗੇ ਨੇ ਤਾਂ ਕਈ ਵਾਰ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਵਕਫਾ ਖ ਲੋਕਾਂ ਦੇ ਵੱਲੋਂ ਕਿ ਧਰਮ ਪਰਵਰਤਨ ਹੋ ਰਿਹਾ ਹੈ ਪੈਸੇ ਦਾ ਨਾਲੇਜ਼ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ ਹੈ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਬਾਹਰੋਂ ਪੈਸਾ ਪੈਸਾ ਆ ਰਿਹਾ ਹੈ ਵਿਦੇਸ਼ ਤੋਂ ਆ ਰਿਹਾ ਹੈ ਜਾਂ ਕੁਝ ਹੋਰ ਵਕਫ ਵਕਫ ਸਦਨਾਂ ਤੋਂ ਪੈਸਾ ਇਕੱਤਰ ਕਰਕੇ ਫਿਰ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਹਾਲਾਂਕਿ ਚਰਚਾਂ ਦੇ ਵੱਲੋਂ ਸਮੇਂ-ਸਮੇਂ ਤੇ ਅਜਿਹੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਜਾਂਦਾ ਰਿਹਾ ਹੈਗਾ ਤੇ ਹੁਣ ਇਹ ਜਿਹੜੀਆਂ ਟੀਮਸ ਪਹੁੰਚੇ ਨੇ ਕਿ ਇਹਨਾਂ ਦੇ ਕੋਲੇ ਅਜਿਹੀ ਕੋਈ ਇਨਪੁਟ ਸਗੀ ਜਾਂ ਜਿਹੜੇ ਫੰਡਸ ਨੇ ਅਜਿਹੇ ਫੰਡਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕੁਝ ਖੁਲਾਸੇ ਹੋਣਗੇ ਉਹ ਤਾਂ ਆਉਣ ਵਾਲਾ ਸਮਾਂ ਤਾਂ ਸੀਗਾ ਪਰ ਹਾਲ ਦੀ ਖੜੀ ਜਿਸ ਤਰੀ ਵੱਡੇ ਚਰਚਾ ਹੈ ਕਿ ਨਹੀਂ ਜਿੱਥੇ ਦੂਰੋਂ ਨੇੜਿਓਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਨਾ ਸਿਰਫ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਬਲਕਿ ਗੁਆਂਢੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਉਹਨਾਂ ਚਰਚਾਂ ਦੀ ਅੱਜ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਦੇ ਸਾਰੇ ਰਿਕਾਰਡ ਖੰਗਾਲੇ ਜਾ ਰਹੇ ਨੇ ਸਾਰੇ ਉਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਕਿ ਕਿਧਰੋਂ ਕਿਧਰੋਂ ਇਹਨਾਂ ਨੂੰ ਪੈਸੇ ਆ ਰਹੇ ਨੇ ਕਿਧਰ ਕਿਧਰ ਇਹਨਾਂ ਦੇ ਪੈਸਿਆਂ ਦਾ ਖਰਚਾ ਹੋ ਰਿਹਾ ਹੈ ਜੀ ਬਿਲਕੁਲ ਤੁਸੀਂ ਬਣੇ ਰਹੋ ਪਤਰਸ ਲੇਕਿਨ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਿੱਤੀ ਕਿ ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਥਾਵਾਂ ਤੇ ਇਹ ਰੇਡ ਜਿਹ ਜਿੱਥੇ ਟੀਮਸ ਪਹੁੰਚਿਆ ਨੇ ਕਈ ਥਾਵਾਂ ਤੇ ਸਵੇਰੇ 6 ਵਜੇ ਤੋਂ ਹੀ ਟੀਮਾਂ ਪਹੁੰਚਿਆ ਹੋਈਆਂ ਨੇ तमाम ਦਸਤਾਵੇਜ਼ ਖੰਕਾਲੇ ਜਾ ਰਹੇ ਨੇ ਅਜੇ ਵਿਚਾਰ ਕੀ ਕੁਝ ਇਸ ਮਾਮਲੇ ਦੇ ਵਿੱਚ ਨਿਕਲ ਕੇ ਆਉਂਦਾ ਹੈ ਇਹ ਹਲੇ ਉਸ ਦੇ ਲਈ ਅਫੀਸ਼ੀਅਲ ਵਰਜਨ ਦੇ ਸਾਨੂੰ ਵੇਟ ਕਰਨਾ ਪਏਗਾ ਇੰਤਜ਼ਾਰ ਕਰਨਾ ਪਏਗਾ ਲੇਕਿਨ ਆਪਣੇ ਆਪ ਦੇ ਵਿੱਚ ਬਹੁਤ ਇਹਮੇ ਕਾਰਵਾਈ ਇਨਕਮ ਟੈਕਸ ਦੀ ਹੈ ਕਿ ਪੰਜਾਬ ਦੀ ਵਕ ਵਕ ਚਰਚਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਨਾਮੀ ਚਰਚ ਨੇ ਉਹਨਾਂ ਤੇ ਜਿਹੜਾ ਹੈ ਇਨਕਮ ਟੈਕਸ ਦੀ ਹੈ ਰੇਟ ਪੈਣਾ ਉੱਥੇ ਹੀ ਚੰਡੀਗੜ੍ਹ ਦੇ ਜਿਹੜੇ ਹੈ ਉੱਥੇ ਵੀ ਜਾ ਕੇ ਪਾਸਟਰ ਦੇ ਘਰ ਵੀ ਜਿਹੜਾ ਛਾਪੇਮਾਰੀ ਕੀਤੀ ਗਈ ਹੈ ਇਨਕਮ ਟੈਕ ਇਨਕਮ ਟੈਕਸ ਨੇ ਰੇਟ ਕੀਤੀ ਹੈ ਕਿ ਕੁਝ ਨਿਕਲ ਕੇ ਆਉਂਦਾ ਹੈ ਇਸ ਦੇ ਲਈ ਇੰਤਜ਼ਾਰ ਬਹਿਤ ਕਰਨਾ ਪਏਗਾ ਲੇਕਿਨ ਪਤਰਸ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਸਾਹਮਣੇ ਆਈ ਹੈ ਕਿਉਂਕਿ ਵਕਫਕ ਚਰਚਸ ਤੇ ਇਨਕਮ ਟੈਕਸ ਦੀ ਰੇਟ ਪਈ ਹੈ ਯਕੀਨਨ ਕਿਸੇ ਤਰ੍ਹਾਂ ਦੀ ਕੋਈ ਇਨਪੁਟ ਜੜੀ ਹੋਏਗੀ ਬਹੁਤ ਅਹਿਮ ਕੋਈ ਜਾਣਕਾਰੀ ਹੋਏਗੀ ਜਿਸ ਦੇ ਬਿਨਾ ਤੇ ਹੀ ਇਨਕਮ ਟੈਕਸ ਵੱਲੋਂ ਵਕਫਕ ਥਾਵਾਂ ਤੇ ਇਹ ਰੇਟ ਕੀਤੀ ਜਾ ਰਹੀ ਹੈ ਬਿਲਕੁਲ ਅਦਾ ਦੇਖੋ ਆਫੀਸ਼ੀਅਲ ਵਰਸ਼ਨ ਵਾਸਤੇ ਵੀ ਸਾਨੂੰ ਇੰਤਜ਼ਾਰ ਕਰਨਾ ਪਏਗਾ ਔਰ ਜਿਹੜੀਆਂ ਸਬੰਧਤ ਤੇ ਰਹੇਗੇ ਨੇ ਕਿਹੜਾ ਦਾ ਪਾਕੀ ਚਾਹੇ ਉਹ ਚਰਚਸ ਦੀ ਮੈਨੇਜਮੈਂਟ ਕਮੇਟੀਆਂ ਹੈਗੇ ਨੇ ਚਾਹੇ ਉਹ ਪਾਸਟਰਸ ਹੈਗੇ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਇਸ ਰੇਡ ਖਤਮ ਹੋਣ ਤੋਂ ਬਾਅਦ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕੋਲੋਂ ਕੀ ਕੁਝ ਦਸਤਾਵੇਜ਼ ਮੰਗੇ ਗਏ ਹੈ ਕੀ ਕੁਝ ਉਹਨਾਂ ਤੋਂ ਰਿਕਾਰਡ ਖੰਗਾਲਿਆ ਗਿਆ ਪਰ ਜੋ ਸਾਨੂੰ ਹੁਣ ਤੱਕ ਦੀ ਜਾਣਕਾਰੀ ਇਹ ਮਿਲਈ ਹੈ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਇਹਨਾਂ ਤੋਂ ਮੰਗਿਆ ਜਾ ਰਿਹਾ ਹੈ ਕਿ ਕੀ ਜਿਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਦਾਨ ਦੇ ਰੂਪ ਦੇ ਵਿੱਚ ਜਾਂ ਮਦਦ ਦੇ ਰੂਪ ਦੇ ਵਿੱਚ ਜਾਂ ਕਿਸ ਤਰੀਕੇ ਨਾਲ ਇਹਨਾਂ ਕੋਲੇ ਪੈਸੇ ਆਉਂਦੇ ਨੇ ਕਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਖਰਚਾ ਕੀਤਾ ਜਾਂਦਾ ਕਿਉਂਕਿ ਬਹੁਤ ਸਾਰੇ ਚਰਚਸ ਐਸੇ ਹੈਗੇ ਨੇ ਬਹੁਤ ਸਾਰੀਆਂ ਜਿੱਥੇ ਬੰਦੀਆਂ ਐਸਕੇ ਨੇ ਜਿਹੜੀਆਂ ਕਿ ਸਮਾਜ ਸੇਵਾ ਦੇ ਵਾਸਤੇ ਵੀ ਪੈਸੇ ਖਰਚਦੀਆਂ ਨੇ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਨਾਲ ਆਪਣੇ ਪੈਸਿਆਂ ਦਾ ਖਰਚਾ ਸ਼ੋਅ ਕਰਦੀਆਂ ਨੇ ਪਰ ਕੀ ਇਹ ਉਹ ਜਿਹੜੀਆਂ ਗੱਲਾਂ ਨੇ ਜਾਂ ਉਹ ਜਿਹੜੇ ਦਸਤਾਵੇਜ਼ ਨੇ ਇਨਕਮ ਟੈਕਸ ਨੂੰ ਸੈਟੀਸਫਾਈਡ ਕਰ ਪਾਉਂਦੇ ਨੇ ਕਿ ਉਹ ਇਨਕਮ ਟੈਕਸ ਉਹਨਾਂ ਤੋਂ ਸੈਟੀਸਫਾਈ ਹੁੰਦਾ ਹੈ ਉਹ ਸਾਰੀਆਂ ਚੀ ਦਾ ਇਨਕਮ ਟੈਕਸ ਦੇ ਜਿਹੜੇ ਅਫੀਸ਼ੀਅਲਸ ਹੈਗੇ ਆ ਜਦੋਂ ਕੋਈ ਆਪਣਾ ਪ੍ਰੈਸ ਰੂਮ ਜਾਰੀ ਕਰਨਗੇ ਕਿਉਂਕਿ ਮੀਡੀਆ ਦੇ ਨਾਲ ਬਹੁਤ ਘੱਟ ਗੱਲਬਾਤ ਕਰਦੇ ਨੇ ਬਿਲਕੁਲ ਕਿਉਂਕਿ ਇਸ ਮਾਮਲੇ ਦੇ ਵਿੱਚ ਅਧਿਕਾਰਿਕ ਜਿਹੜੇ ਤੌਰ ਤੇ ਬਿਆਨ ਆਣਾ ਬੇहद ਅਹਿਮ ਹੈ ਕਿਉਂਕਿ ਫਿਰ ਕਿਆ ਸਰਾਈਆਂ ਦਾ ਜਿਹੜਾ ਦੌਰ ਸ਼ੁਰੂ ਹੋ ਜਾਂਦਾ ਹੈ ਅਜੇ ਵਿਚਾਰ ਕੀ ਕੁਝ ਨਿਕਲ ਕੇ ਆਉਂਦਾ ਹੈ ਇਸ ਤੇ ਨਜ਼ਰ ਬਣੀ ਰਹੇਗੀ ਤਰ ਤੱਕ ਅੱਗੇ ਲਗਾਤਾਰ ਅਪਡੇਟ ਲਵਾਂਗੇ ਪਤਰਸ ਫਿਲਹਾਲ ਦੀ ਜਾਣਕਾਰੀ ਲਈ ਸ਼ੁਕਰੀਆ ਸੋ ਫਿਲਹਾਲ ਇਹ ਵਕੂ ਵਕtਾ ਮਤੇ ਜੋ ਇਨਕਮ ਟੈਕਸ ਨੇ ਰੇਟ ਕੀਤੀ ਹੈ ਕੀ ਕੁਝ ਇਸ ਮਾਮਲੇ ਵਿੱਚ ਬਰਾਮਦਗੀ ਹੁੰਦੀ ਹੈ ਕੀ ਖੁਲਾਸੇ ਹੁੰਦੇ ਨੇ ਇਹ